ਤਾਂ ਝਰਨੇ ਹੇਠਾਂ ਨਹਾ ਰਹੇ ਸੀ ਮੁੰਡੇ ਕੁੜੀਆਂ। ਅਚਾਨਕ ਪਾਣੀ ਦੇ ਨਾਲ ਇੱਕ ਵੱਡੀ ਜਿਹੀ ਚਟਾਨ ਆਉਂਦੀ ਹੈ, ਇੱਕ ਮੁੰਡੇ ਦੇ ਸਿਰ 'ਤੇ ਵੱਜਦੀ ਹੈ। ਉਸਦੇ ਸਿਰ ਦੇ ਮੌਕੇ 'ਤੇ ਹੀ ਦੋ ਪਾੜ ਹੋ ਗਏ ਅਤੇ ਉਸਦੀ ਮੌਤ ਹੋ ਗਈ। ਜਿਹੜਾ ਪਾਣੀ ਹੈ ਖੂਨ ਦੇ ਨਾਲ ਲਾਲ ਹੋ ਗਿਆ, ਲਾਲ ਰੰਗ ਦਾ ਹੋ ਗਿਆ ਪਾਣੀ। ਤਾਂ ਦੱਸ ਦਈਏ ਕਿ ਇੱਕ ਵਾਟਰਫਾਲ ਜਿੱਥੇ ਸੈਲਾਨੀ ਘੁੰਮਣ ਆਏ ਸੀ ਬਾਹਰੋਂ ਘੁੰਮਣ, ਨੌਜਵਾਨ ਮੁੰਡੇ ਕੁੜੀਆਂ ਆਫਿਸ ਦੇ ਵਿੱਚ ਜੌਬ ਕਰਨ ਵਾਲੇ ਆਪਦੇ ਦੋਸਤਾਂ ਦੇ ਨਾਲ ਇਸ ਝਰਨੇ ਹੇਠਾਂ ਨਹਾਉਣ ਆਉਂਦੇ ਨੇ ਗਰਮੀ ਤੋਂ ਛੁਟਕਾਰਾ ਪਾਉਣ ਦੇ ਲਈ। ਝਰਨੇ ਹੇਠਾਂ ਨਹਾਈ ਰਹੇ ਸੀ, ਇੰਜੋਏ ਕਰ ਰਹੇ ਸੀ ਫੁੱਲ ਕਿ ਝਰਨੇ ਦੇ ਪਾਣੀ ਦੇ ਨਾਲ ਇੱਕ ਨੌਜਵਾਨ ਹੈ, ਤੁਹਾਨੂੰ ਦੱਸੀਏ ਝਰਨੇ ਦੀ ਧਾਰਾ ਜਿੱਥੇ ਡਿੱਗ ਰਹੀ ਆ ਉਸਦੇ ਇੱਕਦਮ ਥੱਲੇ ਬੈਠਾ ਸੀ, ਉਸਦੇ ਸਿਰ 'ਤੇ ਪਾਣੀ ਆ ਕੇ ਵੱਜ ਰਿਹਾ ਸੀ। ਪਾਣੀ ਦੇ ਨਾਲ ਇੱਕ ਵੱਡਾ ਜਿਹਾ ਪੱਥਰ ਆਇਆ ਉਸਦੇ ਸਿਰ 'ਤੇ ਵੱਜਿਆ, ਸਿਰ ਦੇ ਮੌਕੇ 'ਤੇ ਦੋ ਪਾੜ ਹੋ ਗਏ ਅਤੇ ਉਸਦੀ ਮੌਤ ਹੋ ਗਈ। ਤਾਂ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ, ਆਲੇ ਦੁਆਲੇ ਤੁਹਾਨੂੰ ਕੁਝ ਕੁੜੀ ਮੁੰਡੇ ਨਹਾਉਂਦੇ ਹੋਏ ਦਿਖਾਈ ਦੇ ਰਹੇ ਹੋਣਗੇ। ਇਹ ਹਾਦਸੇ ਤੋਂ ਕੁਝ ਸਮੇਂ ਬਾਅਦ ਦੀਆਂ ਤਸਵੀਰਾਂ ਨੇ, ਜਿਹੜਾ ਇੱਕ ਨੌਜਵਾਨ ਤੁਹਾਨੂੰ ਝਰਨੇ ਹੇਠਾਂ ਬੈਠਾ ਹੋਇਆ ਦਿਖਾਈ ਦੇ ਰਿਹਾ ਹੋਵੇਗਾ, ਸਿਰ 'ਤੇ ਟੋਪੀ ਪਾਈ ਹੈ। ਦਰਅਸਲ ਇਸ ਸ਼ਖਸ ਦੇ ਵਾਂਗ ਹੀ ਇੱਕ ਨੌਜਵਾਨ ਜੋ ਕਿ ਜੈਪੁਰ ਦਾ ਰਹਿਣ ਵਾਲਾ ਸੀ ਅਤੇ ਦਿੱਲੀ ਦੇ ਵਿੱਚ ਨੌਕਰੀ ਕਰਦਾ ਸੀ, ਹਿਮਾਚਲ ਉਹ ਘੁੰਮਣ ਆਇਆ ਸੀ। ਹਿਮਾਚਲ ਦੇ ਸੋਲਨ ਦੇ ਰਿਵਾ ਵਾਟਰ ਫਾਲ ਦੇ ਹੇਠਾਂ ਜਿਵੇਂ ਹੀ ਉਹ ਬੈਠਾ ਨਹਾ ਰਿਹਾ ਸੀ, ਕਾਫੀ ਖੁਸ਼ ਸੀ, ਇੰਜੋਏ ਕਰ ਰਹੇ ਸੀ, ਗਰਮੀ ਤੋਂ ਛੁਟਕਾਰਾ ਮਿਲ ਰਿਹਾ ਸੀ ਇਹਨਾਂ ਨੂੰ, ਅਚਾਨਕ ਪਾਣੀ ਦੇ ਨਾਲ ਵੱਡਾ ਜਿਹਾ ਪੱਥਰ ਆਉਂਦਾ ਏ, ਉਸਦੇ ਸਿਰ 'ਤੇ ਵੱਜਦਾ ਏ, ਸਿਰ ਦੇ ਦੋ ਪਾੜ ਹੋ ਜਾਂਦੇ ਨੇ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਕਈ ਵਾਰ ਹੱਸਦੇ ਹੱਸਦੇ ਇੱਦਾਂ ਦਾ ਬੁਰਾ ਹਾਦਸਾ ਹੋ ਜਾਂਦਾ ਏ। ਤਾਂ ਦੱਸ ਦਈਏ ਕਿ ਮੁੰਡੇ ਦਾ ਨਾਮ ਅਕਸ਼ਤ ਦੱਸਿਆ ਜਾ ਰਿਹਾ ਏ। ਅਕਸ਼ਤ ਜਦ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਉਸਦੇ ਸਿਰ ਪੱਟ ਗਿਆ, ਉਹਦੇ ਸਿਰ ਦੇ ਵਿੱਚੋਂ ਜਦ ਖੂਨ ਨਿਕਲਣ ਲੱਗਾ ਤਾਂ ਜਿਹੜੇ ਆ ਲਾਗੇ ਹੋਰ ਸੈਲਾਨੀ ਸੀਗੇ ਨਹਾ ਰਹੇ ਸੀ, ਉਹਨਾਂ ਨੇ ਫਟਾਫਟ ਨਿੱਜੀ ਗੱਡੀ ਦੇ ਵਿੱਚ ਉਸਨੂੰ ਪਾਇਆ, ਹਸਪਤਾਲ ਪਹੁੰਚਾਇਆ, ਪਰ ਹਸਪਤਾਲ ਪਹੁੰਚ ਦੇ ਸਾਰ ਹੀ ਜਾਂ ਫਿਰ ਉਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ। ਤਾਂ ਮਾਪੇ ਬਹੁਤ ਹੀ ਦੁਖੀ ਨੇ ਕਿਉਂਕਿ ਘਰੋਂ ਖੁਸ਼ੀ ਖੁਸ਼ੀ ਤੋਰ ਰਿਹਾ ਸੀ ਕਿ ਮੁੰਡਾ ਸਾਡਾ ਘੁੰਮਣ ਚੱਲਿਆ ਏ, ਪਰ ਮੁੰਡੇ ਦੇ ਨਾਲ ਇਹ ਹਾਦਸਾ ਵਾਪਰ ਗਿਆ। ਤਾਂ ਅੱਗੇ ਤੋਂ ਜ਼ਰੂਰ ਧਿਆਨ ਰੱਖੋ, ਪਹਾੜਾਂ 'ਚ ਘੁੰਮਣ ਜਾਂਦੇ ਹੋ, ਇੱਕ ਤਾਂ ਸਭ ਤੋਂ ਪਹਿਲੀ ਗੱਲ ਨੇਚਰ ਦੇ ਨਾਲ ਕੋਈ ਵੀ ਖਿਲਵਾੜ ਨਹੀਂ ਕਰਨਾ, ਗੰਦਗੀ ਨਹੀਂ ਫੈਲਾਉਣੀ, ਅਤੇ ਦੂਜੀ ਗੱਲ ਐਸੇ ਝਰਨਿਆਂ ਹੇਠਾਂ ਕਈ ਵਾਰ ਰਾਹ ਦੇ ਵਿੱਚ ਵੀ ਝਰਨੇ ਡਿੱਗ ਰਹੇ ਹੁੰਦੇ ਨੇ, ਲੋਕ ਉੱਥੇ ਗੱਡੀਆਂ ਲਾ ਦਿੰਦੇ ਆਪਣੀਆਂ, ਪਤਾ ਨਹੀਂ ਹੁੰਦਾ ਝਰਨੇ ਦੇ ਵਿੱਚ ਕੋਈ ਸੱਪ ਮੱਛੀ ਜਿੱਦਾਂ ਕਿ ਇਹ ਰੋੜਾ ਆਇਆ, ਵੱਡਾ ਜਿਹਾ ਬੱਟਾ ਆਇਆ, ਹੋਰ ਵੀ ਕੁਝ ਆ ਸਕਦਾ ਸੀ। ਤਾਂ ਕਰਕੇ ਹਮੇਸ਼ਾ ਪਹਾੜਾਂ ਦੇ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਨੇਚਰ ਦਾ ਕਦੇ ਕੁਝ ਨਹੀਂ ਪਤਾ ਕਦ ਵਿਗੜ ਜਾਵੇ ਅਤੇ ਕਿਸ ਵੇਲੇ ਅਜਿਹੀ ਘਟਨਾ ਵਾਪਰ ਜਾਵੇ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਲੋਕ ਅਵੇਅਰ ਹੋਣ। ਥਾਣੇ ਪੇ ਇੱਕ ਸੂਚਨਾ ਮਿਲੀ ਕਿ ਇੱਕ ਲੜਕੇ ਕੋ ਜੋ ਹੈ ਚੋਟੀ ਲਿਆਵਸਥਾ ਮੇਂ ਥਾਣੇ ਪੇ ਹਸਪਿਟਲ ਮੇਂ ਜੈਡਟ ਹਸਪਿਟਲ ਮੇਂ ਲਾਇਆ ਗਿਆ ਹੈ। ਜਿਸ ਵਕਤ ਪੁਲਿਸ ਜੋ ਹੈ ਹਸਪਿਟਲ ਗਈ ਤੋ ਵਹਾਂ ਪੇ ਚੈੱਕ ਕੀਆ ਗਿਆ ਕਿ ਇੱਕ ਲੜਕਾ ਜਿਸਕੀ ਉਮਰ ਕਰੀਬ 19 ਸਾਲ ਹੈ ਔਰ ਜਿਸੇ ਬ੍ਰੌਡ ਡੈਡ ਲਾਇਆ ਗਿਆ ਹੈ ਔਰ ਇਸਕੀ ਤਸਦੀਕ ਕੀ ਗਈ ਤੋ ਇਹ ਪਾਇਆ ਗਿਆ ਕਿ ਜੋ ਇਹ ਲੜਕਾ ਹੈ ਜਿਸਕਾ ਨਾਮ ਅਕਸ਼ਿਤ ਹੈ ਜੋ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਸੇ ਘੁੰਮਣੇ ਆਪਣੇ ਸਾਥੀਓ ਕੇ ਸਾਥ 13 ਲੜਕੇ ਸਾਥ ਆਏ ਥੇ ਔਰ ਇਹ ਰੇਵਾ ਵਾਟਰਫਾਲ ਮੇਂ ਘੁੰਮਣੇ ਗਏ ਥੇ ਜਹਾਂ ਪੇ ਜੋ ਹੈ ਉਹ ਸਾਈਡ ਮੇਂ ਖੜੇ ਥੇ 3-4 ਲੜਕੇ ਔਰ ਆਪਣੇ ਕੱਪੜੇ ਵਗੈਰਾ ਵਾਟਰਫਾਲ ਕੇ ਪਾਸ ਉਤਾਰ ਰਹੇ ਥੇ ਔਰ ਉਸੀ ਸਮੇਂ ਵਾਟਰਫਾਲ ਕੇ ਸਾਈਡ ਮੇਂ ਜੋ ਹੈ ਉੱਪਰ ਸੇ ਜੋ ਹੈ ਪਹਾੜ ਕੀ ਤਰਫ ਸੇ ਇੱਕ ਪੱਥਰ ਆਇਆ ਔਰ ਉਹ ਪੱਥਰ ਜੋ ਹੈ ਇਸਕੇ ਅਕਸ਼ਤ ਦੇਵ ਕੇ ਜੋ ਹੈ ਸਿਰ ਪੇ ਲਗਾ ਔਰ ਜਿਸੇ ਵਹਾਂ ਪੇ ਕਾਫੀ ਭਾਰੀ ਗੰਭੀਰ ਚੋਟ ਆਈ ਔਰ ਉਸੇ ਵਹਾਂ ਸੇ ਜੋ ਹੈ ਉਠਾ ਕਰ
लोगों की मदद से क्षेत्रीय हॉस्पिटल सोलन में लाया गया और यहाँ पे लाया तो डॉक्टर ने उसे जो है ब्रॉड डेथ घोषित किया गया और इसकी तस्दीक की गई पुलिस ने मौके पे। और इसमें जो है किसी की भी जो है कोई लापरवाही नहीं पाई गई, ये एक दुर्घटना है महज। और जो पत्थर जो है पहाड़ी से गिर के उसके लड़के के सिर पे लगा है जिसकी उम्र 19 साल है, अक्षत देव जो जयपुर निवासी राजस्थान का लड़का है। और आज उसका जो है पोस्टमार्टम जो है ZH हॉस्पिटल में करवा दिया गया है और डेड बॉडी जो है उसके माँ बाप को जो है सौंप दी गई है और कार्रवाई अंडर सेक्शन 174 CRPC के तहत जो है कर ली गई है।